पास करने के चक्कर से मैं लेटता हूँ और लाइट नहीं आ रही है, एक घंटा हो गया लगभग। हाँ, मेरे को परेशानी आ रही है। पंजाब का यह सरकारी हस्पताल अक्सर सुर्खियां दे विच रहिंदा है, चाहे वह ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਹੋਵੇ ਜਾਂ ਮਰੀਜ਼ਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਲੈ ਕੇ, ਤਾਂ ਇਹ ਹਸਪਤਾਲ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦਾ ਅਤੇ ਹੁਣ ਇੱਕ ਵਾਰ ਫਿਰ ਤੋਂ ਇਹ ਹਸਪਤਾਲ ਸੁਰਖੀਆਂ ਦੇ ਵਿੱਚ ਆਇਆ। ਤਾਂ ਦੱਸ ਦਈਏ ਕਿ ਇਸ ਵਾਰ ਇਹ ਸੁਰਖੀਆਂ ਦੇ ਵਿੱਚ ਆਇਆ ਤਾਂ ਕਰਕੇ ਕਿਉਂਕਿ ਹੁਣ ਇੱਥੇ ਲਾਈਟ ਦਾ ਹੀ ਇੰਤਜ਼ਾਮ ਨਹੀਂ, ਜਿਸ ਦੇ ਕਾਰਨ ਮਰੀਜ਼ਾਂ ਨੂੰ ਜੋ ਟਾਂਕੇ ਲਗਾਏ ਜਾ ਰਹੇ ਨੇ ਉਹ ਟਾਰਚ ਦੀ ਰੋਸ਼ਨੀ ਜਗਾ ਕੇ ਲਗਾਏ ਜਾ ਰਹੇ ਨੇ ਅਤੇ ਇਸ ਦੇ ਨਾਲ ਹੀ ਜਿਹੜੇ ਮਰੀਜ਼ ਇੱਥੇ ਆ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਹਾ ਇੱਥੋਂ ਤੱਕ ਜਾ ਰਿਹਾ ਕਿ ਐਮਰਜੈਂਸੀ ਦੇ ਵਿੱਚ ਵੀ ਕੋਈ ਲਾਈਟ ਦਾ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਡਾਕਟਰ ਨੂੰ ਸਟਾਫ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਨੇ ਉੱਥੇ ਹੀ ਮਰੀਜ਼ ਵੀ ਰੋਸ਼ਨੀ ਦੇ ਕਾਰਨ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਅਚਾਨਕ ਹੀ ਇਸ ਹਸਪਤਾਲ ਦੀ ਲਾਈਟ ਚਲੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਸਾਰੇ ਹੀ ਹਸਪਤਾਲ ਦੇ ਵਿੱਚ ਹਨੇਰਾ ਛਾ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਕਾਫੀ ਟਾਈਮ ਜੋ ਮਰੀਜ਼ ਨੇ ਉਹ ਹਨੇਰੇ ਦੇ ਵਿੱਚ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਲਾਈਟ ਦਾ ਪ੍ਰਬੰਧ ਹੁੰਦਾ। ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ ਤਾਂ ਸਰਕਾਰਾਂ ਦੇ ਵੱਲੋਂ ਅਕਸਰ ਹੀ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਨੇ, ਪਰ ਜਦੋਂ ਅਜਿਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਦਾਅਵੇ ਅਤੇ ਵਾਅਦੇ ਕਿੰਨੇ ਕੁ ਕਾਮਯਾਬ ਹੁੰਦੇ ਨੇ। ਤਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਡਾਕਟਰ ਅਤੇ ਮਰੀਜ਼ ਹਨੇਰੇ ਦੇ ਵਿੱਚ ਬੈਠੇ ਨੇ। ਹਾਲਾਂਕਿ ਇੱਕ ਤਸਵੀਰ ਇੱਥੋਂ ਤੱਕ ਸਾਹਮਣੇ ਆਈ ਹੈ ਕਿ ਟਾਂਕੇ ਜੋ ਨੇ ਉਹ ਮਰੀਜ਼ਾਂ ਨੂੰ ਉਹ ਵੀ ਟਾਰਚ ਦੀ ਰੋਸ਼ਨੀ 'ਚ ਲਗਾਏ ਜਾ ਰਹੇ ਨੇ ਅਤੇ ਪੂਰਾ ਸਟਾਫ ਹੀ ਹਨੇਰੇ ਦੇ ਵਿੱਚ ਬੈਠ ਕੇ ਕੰਮ ਕਰ ਰਿਹਾ। ਟਾਰਚ ਮੋਬਾਈਲਾਂ ਦੀ ਜਲਾਈ ਹੋਈ ਹੈ ਅਤੇ ਉਸਦੇ ਸਹਾਰੇ 'ਤੇ ਇਹ ਕੰਮ ਹਸਪਤਾਲ ਦੇ ਵਿੱਚ ਕੀਤੇ ਜਾ ਰਹੇ ਨੇ। ਕਿਹਾ ਜਾ ਰਿਹਾ ਕਿ ਕਾਫੀ ਟਾਈਮ ਬਾਅਦ ਇਸ ਹਸਪਤਾਲ ਦੇ ਵਿੱਚ ਲਾਈਟ ਆਉਂਦੀ ਹੈ, ਫਿਰ ਜਾ ਕੇ ਪੂਰੇ ਸਟਾਫ ਨੂੰ ਸਾਹ ਆਉਂਦਾ। ਸਰ ਦਿੱਕਤਾਂ ਆਉਂਦੀ ਆ, ਹੈ ਨਾ, ਦੇਖੋ ਕਿਤੇ ਪੇਸ਼ੈਂਟ ਨੇ ਲਾਈਟ ਦੇ ਵਿੱਚ ਪੈਣਾ, ਹੈ ਨਾ, ਅਤੇ ਕਿਤੇ ਹੁਣ ਹਨੇਰੇ ਦੇ ਵਿੱਚ ਪਏ ਆ, ਦਿੱਕਤ ਆਉਂਦੀ ਆ ਜੀ। ਜੀ ਅਸੀਂ ਤਾਂ ਜਦੋਂ ਦੇ ਆਏ ਹੋਏ ਹਾਂ ਵੈਸੇ ਉਦੋਂ ਦੀ ਲਾਈਟ ਗਈ ਹੋਈ ਆ, ਸਾਨੂੰ ਹੋ ਗਏ 20-25 ਮਿੰਟ। ਦੇਖੋ ਸਟਾਫ ਨੂੰ ਵੀ ਦਿੱਕਤ ਆਉਂਦੀ ਆ ਸਟਿਚਿੰਗ ਵਗੈਰਾ ਲਾਉਣ ਵਾਸਤੇ, ਕਿਤੇ ਆਪਾਂ ਟਾਰਚ ਨਾਲ ਸਟਿਚਿੰਗ ਲਾਉਣੇ, ਕਿਤੇ ਲਾਈਟ ਦੇ ਨਾਲ ਸਟਿਚਿੰਗ ਲਾਉਣੇ, ਫਰਕ ਪੈਂਦਾ ਨਾ ਇਸ ਚੀਜ਼ ਦਾ ਹੀ। ਹਾਂਜੀ, ਪਾਸ ਕਰਦੇ ਕੇ ਚੱਕਰ 'ਚ ਮੈਂ ਲੇਟਾ ਹੂੰ ਔਰ ਲਾਈਟ ਨਹੀਂ ਆ ਰਹੀ ਹੈ, ਇੱਕ ਘੰਟਾ ਹੋ ਗਿਆ ਲਗਭਗ। ਹਾਂ, ਮੇਰੇ ਕੋਲ ਪਰੇਸ਼ਾਨੀ ਆ ਰਹੀ ਹੈ। ਪੰਜਾਬ ਦਾ ਇਹ ਸਰਕਾਰੀ ਹਸਪਤਾਲ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ, ਚਾਹੇ ਉਹ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਹੋਵੇ ਜਾਂ ਮਰੀਜ਼ਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਲੈ ਕੇ, ਤਾਂ ਇਹ ਹਸਪਤਾਲ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦਾ ਅਤੇ ਹੁਣ ਇੱਕ ਵਾਰ ਫਿਰ ਤੋਂ ਇਹ ਹਸਪਤਾਲ ਸੁਰਖੀਆਂ ਦੇ ਵਿੱਚ ਆਇਆ। ਤਾਂ ਦੱਸ ਦਈਏ ਕਿ ਇਸ ਵਾਰ ਇਹ ਸੁਰਖੀਆਂ ਦੇ ਵਿੱਚ ਆਇਆ ਤਾਂ ਕਰਕੇ ਕਿਉਂਕਿ ਹੁਣ ਇੱਥੇ ਲਾਈਟ ਦਾ ਹੀ ਇੰਤਜ਼ਾਮ ਨਹੀਂ, ਜਿਸ ਦੇ ਕਾਰਨ ਮਰੀਜ਼ਾਂ ਨੂੰ ਜੋ ਟਾਂਕੇ ਲਗਾਏ ਜਾ ਰਹੇ ਨੇ ਉਹ ਟਾਰਚ ਦੀ ਰੋਸ਼ਨੀ ਜਗਾ ਕੇ ਲਗਾਏ ਜਾ ਰਹੇ ਨੇ ਅਤੇ ਇਸ ਦੇ ਨਾਲ ਹੀ ਜਿਹੜੇ ਮਰੀਜ਼ ਇੱਥੇ ਆ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਹਾ ਇੱਥੋਂ ਤੱਕ ਜਾ ਰਿਹਾ ਕਿ ਐਮਰਜੈਂਸੀ ਦੇ ਵਿੱਚ ਵੀ ਕੋਈ ਲਾਈਟ ਦਾ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਡਾਕਟਰ ਨੂੰ ਸਟਾਫ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਨੇ ਉੱਥੇ ਹੀ ਮਰੀਜ਼ ਵੀ ਰੋਸ਼ਨੀ ਦੇ ਕਾਰਨ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਅਚਾਨਕ ਹੀ ਇਸ ਹਸਪਤਾਲ
ਹਸਪਤਾਲ ਦੀ ਲਾਈਟ ਚਲੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਸਾਰੇ ਹੀ ਹਸਪਤਾਲ ਦੇ ਵਿੱਚ ਹਨੇਰਾ ਛਾ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਕਾਫੀ ਟਾਈਮ ਜੋ ਮਰੀਜ਼ ਨੇ ਉਹ ਹਨੇਰੇ ਦੇ ਵਿੱਚ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਲਾਈਟ ਦਾ ਪ੍ਰਬੰਧ ਹੁੰਦਾ। ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ ਤਾਂ ਸਰਕਾਰਾਂ ਦੇ ਵੱਲੋਂ ਅਕਸਰ ਹੀ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਨੇ, ਪਰ ਜਦੋਂ ਅਜਿਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਦਾਅਵੇ ਅਤੇ ਵਾਅਦੇ ਕਿੰਨੇ ਕੁ ਕਾਮਯਾਬ ਹੁੰਦੇ ਨੇ। ਤਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਡਾਕਟਰ ਅਤੇ ਮਰੀਜ਼ ਹਨੇਰੇ ਦੇ ਵਿੱਚ ਬੈਠੇ ਨੇ। ਹਾਲਾਂਕਿ ਇੱਕ ਤਸਵੀਰ ਇੱਥੋਂ ਤੱਕ ਸਾਹਮਣੇ ਆਈ ਹੈ ਕਿ ਟਾਂਕੇ ਜੋ ਨੇ ਉਹ ਮਰੀਜ਼ਾਂ ਨੂੰ ਉਹ ਵੀ ਟਾਰਚ ਦੀ ਰੋਸ਼ਨੀ 'ਚ ਲਗਾਏ ਜਾ ਰਹੇ ਨੇ ਅਤੇ ਪੂਰਾ ਸਟਾਫ ਹੀ ਹਨੇਰੇ ਦੇ ਵਿੱਚ ਬੈਠ ਕੇ ਕੰਮ ਕਰ ਰਿਹਾ। ਟਾਰਚ ਮੋਬਾਈਲਾਂ ਦੀ ਜਲਾਈ ਹੋਈ ਹੈ ਅਤੇ ਉਸਦੇ ਸਹਾਰੇ 'ਤੇ ਇਹ ਕੰਮ ਹਸਪਤਾਲ ਦੇ ਵਿੱਚ ਕੀਤੇ ਜਾ ਰਹੇ ਨੇ। ਕਿਹਾ ਜਾ ਰਿਹਾ ਕਿ ਕਾਫੀ ਟਾਈਮ ਬਾਅਦ ਇਸ ਹਸਪਤਾਲ ਦੇ ਵਿੱਚ ਲਾਈਟ ਆਉਂਦੀ ਹੈ, ਫਿਰ ਜਾ ਕੇ ਪੂਰੇ ਸਟਾਫ ਨੂੰ ਸਾਹ ਆਉਂਦਾ। ਸਰ ਦਿੱਕਤਾਂ ਆਉਂਦੀ ਆ, ਹੈ ਨਾ, ਦੇਖੋ ਕਿਤੇ ਪੇਸ਼ੈਂਟ ਨੇ ਲਾਈਟ ਦੇ ਵਿੱਚ ਪੈਣਾ, ਹੈ ਨਾ, ਅਤੇ ਕਿਤੇ ਹੁਣ ਹਨੇਰੇ ਦੇ ਵਿੱਚ ਪਏ ਆ, ਦਿੱਕਤ ਆਉਂਦੀ ਆ ਜੀ। ਜੀ ਅਸੀਂ ਤਾਂ ਜਦੋਂ ਦੇ ਆਏ ਹੋਏ ਹਾਂ, ਵੈਸੇ ਉਦੋਂ ਦੀ ਲਾਈਟ ਗਈ ਹੋਈ ਆ, ਸਾਨੂੰ ਹੋ ਗਏ 20-25 ਮਿੰਟ। ਹਾਂਜੀ 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 ਲਾਈਟ ਦਾ ਵੈਸੇ ਪ੍ਰਬੰਧ ਹੋਣਾ ਚਾਹੀਦਾ ਵੀ, ਵੈਸੇ ਕੋਈ ਚਲੋ ਹੁਣ ਤਾਂ ਛੋਟੇ ਕੇਸ ਆਏ ਆ, ਜੇ ਮੰਨ ਕੇ ਚਲੋ ਵੱਡਾ ਕੇਸ ਆਉਂਦਾ ਤਾਂ ਫਿਰ ਇਹਦੇ ਵਿੱਚ ਦਿੱਕਤ ਤਾਂ ਆਉਂਦੀ ਆ ਨਾ ਇਹ ਚੀਜ਼ ਦੀ। ਦੇਖੋ ਸਟਾਫ ਨੂੰ ਵੀ ਦਿੱਕਤ ਆਉਂਦੀ ਆ ਸਟਿਚਿੰਗ ਵਗੈਰਾ ਲਾਉਣ ਵਾਸਤੇ, ਕਿਤੇ ਆਪਾਂ ਟੋਰਚ ਨਾਲ ਸਟਿਚਿੰਗ ਲਾਉਣੇ, ਕਿਤੇ ਲਾਈਟ ਦੇ ਨਾਲ ਸਟਿਚਿੰਗ ਲਾਉਣੇ, ਫਰਕ ਪੈਂਦਾ ਨਾ ਇਹ ਚੀਜ਼ ਦਾ ਹੀ। ਹਾਂਜੀ